ਹਾਂਜੀ, ਸਵਾਗਤ ਆ ਤੁਹਾਡਾ ਅਖਤਰਾਂ LSIK YouTube ਚੈਨਲ 'ਤੇ, ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ। ਇਹ ਵੀਡੀਓ ਮੌਸਮ ਵਾਲੀ ਜੀ, ਜਿਵੇਂ ਕਿ ਇੱਕ ਨਿੱਕੀ ਜਿਹੀ ਅਪਡੇਟ ਹੈਗੀ, ਤੁਹਾਨੂੰ ਦੱਸ ਦਈਏ ਵੀ ਆਉਣ ਵਾਲੇ 4 ਤੋਂ 8-10 ਘੰਟਿਆਂ ਦੇ ਵਿੱਚ, 12 ਘੰਟਿਆਂ ਦੇ ਵਿੱਚ ਕੁਝ ਕੁ ਜ਼ਿਲ੍ਹਿਆਂ 'ਚ ਚੰਗਾ ਮੀਂਹ ਪੈ ਸਕਦਾ, ਠੀਕ ਹੈ ਜੀ। ਤਰਨ ਤਾਰਨ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਠੀਕ ਹੈ, ਅਤੇ ਇਹਦੇ ਨਾਲ ਲੱਗਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਲੁਧਿਆਣਾ, ਇਹ ਜ਼ਿਲ੍ਹੇ ਅਤੇ ਇਹਨਾਂ ਦੇ ਨਾਲ ਲੱਗਦੇ ਆਸੇ ਪਾਸੇ ਦੇ ਕੁਝ ਏਰੀਏ, ਇੱਥੇ ਚੰਗਾ ਮੀਂਹ ਆ ਜਿਹੜਾ ਪੈ ਸਕਦਾ ਗਾ। ਅਤੇ ਹੋਰ ਵੀ ਇਹਦੇ ਨਾਲ ਜਿਹੜੇ ਆਸੇ ਪਾਸੇ ਜ਼ਿਲ੍ਹੇ ਨੇ, ਅਤੇ ਉਹਨਾਂ 'ਚ ਮੀਂਹ ਪੈ ਸਕਦਾ ਗਾ, ਅਤੇ ਕੁਝ ਕੁ ਜ਼ਿਲ੍ਹਿਆਂ 'ਚ ਇਹਨਾਂ 'ਚ ਮੀਂਹ ਹਲਕਾ ਫੁਲਕਾ ਪੈ ਵੀ ਰਿਹਾ, ਠੀਕ ਹੈ ਜੀ। ਅਤੇ ਹੁਮਸ ਆ ਜਿਹੜੀ ਅਗਲੇ ਆਉਣ ਵਾਲੇ ਲਗਭਗ 1 ਹਫ਼ਤੇ ਤੱਕ ਬਣੀ ਰਹਿ ਸਕਦੀ ਹੈ, ਠੀਕ ਹੈ ਜੀ। 20-22 ਸਤੰਬਰ ਤੱਕ ਹੁਮਸ ਆ ਜਿਹੜੀ ਬਣੀ ਰਹੂਗੀ, ਗਰਮੀ ਆ ਜਿਹੜੀ ਦਿਨ ਵੇਲੇ ਉਹ ਪੂਰੀ ਬਣੀ ਰਹੂਗੀ। ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਆਪਾਂ ਦੱਸਿਆ ਸੀ ਵੀ ਹੁਮਸ ਆ ਜਿਹੜੀ ਹਾਲੇ 5-7 ਅੱਸੂ ਤੱਕ, 10 ਅੱਸੂ ਤੱਕ ਭਾਵ 22-23 ਸਤੰਬਰ ਤੱਕ ਬਣੀ ਰਹਿ ਸਕਦੀ ਹੈ। ਵੀਡੀਓ ਦੇਖਣ ਲਈ ਧੰਨਵਾਦ ਜੀ। ਚੰਗੀ ਲੱਗੀ ਇਹਨੂੰ ਲਾਈਕ ਜ਼ਰੂਰ ਕਰੋ, ਸ਼ੇਅਰ ਵੀ ਕਰ ਸਕਦੇ ਹੋ। ਤੁਸੀਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ। ਹੋਰ ਬਹੁਤ ਸਾਰੀਆਂ ਫਰਜ਼ ਜਮ੍ਹਾਂਬੰਦੀ ਅਤੇ ਹੋਰ ਜਾਣਕਾਰੀ ਵਾਲੀਆਂ ਵੀਡੀਓ ਕਿਸਾਨਾਂ ਦੇ ਕੰਮ ਦੀਆਂ ਇਸ ਚੈਨਲ 'ਤੇ ਮੌਜੂਦ ਨੇ, ਉਹ ਤੁਸੀਂ ਦੇਖ ਸਕਦੇ ਹੋ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।